ਫਿਰੋਜ਼ਪੁਰ ਪੁਲਿਸ ਨੇ ਇੱਕ ਵਾਰ ਫਿਰ 1 ਲੱਖ ਦੀ ਜਾਲੀ ਕਰੰਸੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਵਿੱਚ 2000 ਦੀ ਜਾਲੀ ਕਰੰਸੀ ਦੇ ਨੋਟ ਵੀ ਸ਼ਾਮਿਲ ਨੇ। ਇਸ ਤੋਂ ਇਲਾਵਾ ਪੁਲਿਸ ਨੇ ਦੋਸ਼ੀਆਂ ਪਾਸੋਂ ਜਾਲੀ ਨੋਟ ਬਣਾਉਣ ਵਾਲਾ ਇੱਕ ਪ੍ਰਿੰਟਰ ਵੀ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਹਿਚਾਣ ਦਲਵੀਰ ਸਿੰਘ ਉਰਫ ਬਿੱਟੂ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੁਲਿਸ ਨੇ ਵੱਖ-ਵੱਖ ਦੋਸ਼ੀਆਂ ਪਾਸੋਂ 4,24,500 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਇਸ ਗਰੋਹ ਦਾ ਸਰਗਨਾ ਗੁਰਬਾਜ ਸਿੰਘ ਹਾਲੇ ਫਰਾਰ ਹੈ, ਜਿਸ ਦੇ ਹਿਰਾਸਤ 'ਚ ਆਉਣ ਤੋਂ ਬਾਅਦ ਹੀ ਹੋਰ ਖੁਲਾਸੇ ਹੋ ਸਕਦੇ ਨੇ। ਇਸ ਤਰ੍ਹਾਂ ਜੀ, ਮਿਤੀ 3/10/17 ਨੂੰ ਸਾਡੇ ਸੀ ਇੰਚਾਰਜ ਅਵਤਾਰ ਸਿੰਘ ਦੀ ਟੀਮ ਨੇ DSP ਡੀ ਸਰਦਾਰ ਭੁਪਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਮਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਅਰੈਸਟ ਕੀਤਾ ਸੀ। ਉਹਦੇ ਕਬਜ਼ੇ 'ਚੋਂ 1,44,000 ਜਾਲੀ ਕਰੰਸੀ ਬਰਾਮਦ ਹੋਈ ਸੀ। ਇਹਦੇ ਸੰਬੰਧ ਵਿੱਚ ਸ਼੍ਰੀਮਾਨ SSP ਸਾਹਿਬ ਵੱਲੋਂ 4/10 ਨੂੰ ਪ੍ਰੈਸ ਕਾਨਫਰੰਸ ਕਰਕੇ RG ਨੂੰ ਦੱਸ ਦਿੱਤਾ ਸੀ ਸਾਰਾ ਕੁਛ। ਉਹਦੀ ਲੜੀ ਵਿੱਚ ਮਨਜੀਤ ਸਿੰਘ ਦੇ ਰਿਮਾਂਡ ਦੌਰਾਨ ਉਹਨੇ ਪੁੱਛਗਿੱਛ 'ਤੇ 2 ਬੰਦੇ ਫਿਗਰ ਕੀਤੇ ਸੀ, ਹੋਰ 1 ਬੋਹਰ ਸਿੰਘ ਪੁੱਤਰ ਸੁੱਚਾ ਸਿੰਘ, 1 ਦਲਵੀਰ ਸਿੰਘ। ਅਸੀਂ ਬੋਹਰ ਸਿੰਘ ਨੂੰ 3-4 ਦਿਨ ਪਹਿਲਾਂ ਫੜ ਕੇ ਉਹਦੇ ਕਬਜ਼ੇ ਵਿੱਚੋਂ 1,80,500 ਦੀ ਜਾਲੀ ਕਰੰਸੀ ਹੋਰ ਬਰਾਮਦ ਕੀਤੀ ਸੀ। ਉਸੇ ਦੀ ਲੜੀ ਵਿੱਚ ਕੱਲ੍ਹ ਦਲਵੀਰ ਸਿੰਘ ਉਰਫ ਬਿੱਟੂ, ਇਹ ਲਬਾਣੇ ਵਾਲੀ ਦਾ ਬੇਸਿਕ ਰਹਿਣ ਵਾਲਾ, ਬਟ ਇਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਿਰਾਏ 'ਤੇ ਰਹਿ ਰਿਹਾ ਸੀਗਾ। ਉਹਨੂੰ ਸਾਡੀ CIE ਦੀ ਟੀਮ ਨੇ ਰਾਊਂਡ ਅਪ ਕਰ ਗ੍ਰਿਫਤਾਰ ਕੀਤਾ, ਜਿਹਦੇ ਕਬਜ਼ੇ ਵਿੱਚੋਂ 1,00,000 ਦੇ ਜਾਲੀ ਕਰੰਸੀ ਐਂਡ ਪਲੱਸ ਸਕੈਨਰ ਜਿਹਦੇ 'ਤੇ ਤਿਆਰ ਕਰਦੇ ਸੀ ਰਿਕਵਰ ਕੀਤਾ। ਅਤੇ ਉਹਨੂੰ ਅੱਜ ਪੇਸ਼ਦਾਰ ਕਰਕੇ ਉਹਦਾ ਵੀ ਸਨਮਾਨ ਲਿਆ ਜਾਊਗਾ। ਅਗਲੇ ਹੋਰ ਪੁੱਛੇ 3 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ। 4,24,000 ਕਰੰਸੀ ਨੋਟ ਜਿਹੜੇ ਅੱਜ ਤੱਕ ਹੁਣ ਤੱਕ ਬਰਾਮਦ ਹੋ ਚੁੱਕੇ ਨੇ। ਇਹਨਾਂ ਦਾ ਉੱਥਾ ਸਾਥੀ ਜਿਹੜਾ ਮੇਨ ਮਾਸਟਰ ਮਾਈਂਡ ਆ ਗੁਰਬਾਜ ਸਿੰਘ ਹੈ, ਉਹ ਵੀ ਬੂੜੇ ਗੁੱਜਰ ਦਾ ਰਹਿਣ ਵਾਲਾ, ਉਹ ਵਾਲੀ ਸਾਡੀ ਗ੍ਰਿਫਤ ਤੋਂ ਬਾਹਰ ਆ, ਉਹਦੇ ਪਿੱਛੇ ਟੀਮਾਂ ਲਾਈਆਂ ਹੋਈਆਂ ਨੇ। ਉਹ ਵੀ 1-2 ਦਿਨ ਵਿੱਚ ਸਾਨੂੰ ਉਹ ਅਰੈਸਟ ਹੋਣ ਦੀ ਪੂਰੀ ਆਸ ਹੈ। 2 ਐਂਡ ਜਿਹੜਾ ਬੋਹਰ ਸਿੰਘ ਆ, ਉਹ ਤਿਆਰ ਕਰਦੇ ਸੀ ਆ ਸਕੈਨਰ ਨਾਲ, ਸਕੈਨ ਕਰਦੇ ਸੀ ਨੋਟ, ਅਸਲ ਰੱਖ ਦਿੰਦੇ ਸੀ ਵਿੱਚ, ਫੋਟੋ ਫਿਰ ਕਾਪੀ ਉਸੇ ਨੋਟ ਦੇ ਸਾਈਜ਼ ਦੇ ਕੱਟ ਕੇ ਬਣਾ ਕੇ ਬਣਾਉਂਦੇ ਸੀਗੇ। ਪਰ ਇਹ ਬਣਾ ਕੇ ਗਾਂ ਗੁਰਬਾਜ ਸਿੰਘ ਦੇ ਹਵਾਲੇ ਕਰ ਦਿੰਦੇ ਸੀ। ਗੁਰਬਾਜ ਸਿੰਘ ਨੂੰ ਕਿਸ ਤਰੀਕੇ ਨਾਲ ਗਾਂ ਚਲਾਉਂਦਾ ਸੀ ਕਰਦਾ ਸੀ, ਇਹ ਗੁਰਬਾਜ ਸਿੰਘ ਦੇ ਅਰੈਸਟ ਹੋਣ ਤੇ ਸਾਰੀ ਗੱਲ ਤੇ ਇੰਸਪੈਕਟਰ। ਫਿਲਹਾਲ ਪ੍ਰਸ਼ਾਸਨ ਨੂੰ ਜਾਲੀ ਕਰੰਸੀ ਦੇ ਇਸ ਮੁੱਦੇ ਤੇ ਜਲਦੀ ਕੋਈ ਸਖਤ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਦੇਸ਼ 'ਚ ਬੈਠੇ ਦੇਸ਼ ਦੇ ਦੁਸ਼ਮਣ ਹੀ ਇੱਕ ਦਿਨ ਦੇਸ਼ ਦੀ ਅਰਥ ਵਿਵਸਥਾ ਨੂੰ ਬਿਲਕੁਲ ਕਮਜ਼ੋਰ ਕਰ ਦੇਣਗੇ। ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।